ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸੈਕਿੰਡ ਟਰਮ ਵਿੱਚ ਆਉਣ ਵਾਲੇ ਸਾਰੇ ਕੇਂਦਰੀ ਭਾਵ ਪੜਾਂਗੇ ਨਵੇਂ ਸਿਲੇਬਸ ਦੀ ਦੇਖੋ ਸਭ ਤੋਂ ਪਹਿਲੀ ਕਵਿਤਾ ਜਿਹੜੀ ਦੋਸਤ ਆ ਉਸ ਦਾ ਕੇਂਦਰੀ ਭਾਵ ਸਭ ਤੋਂ ਪਹਿਲਾਂ ਤਾਂ ਇਹ ਯਾਦ ਰੱਖਣਾ ਵੀ ਇਹ ਦੋਸਤ ਆ ਕਵਿਤਾ ਕਿਹੜੇ ਕਵੀ ਦੀ ਰਚਨਾ ਹੈ ਤੇ ਇਹਦੇ ਵਿੱਚ ਲਿਖਿਆ ਦੇਖੋ ਜਿਵੇਂ ਦੋਸਤ ਆ ਕਵਿਤਾ ਪਿਆਰਾ ਸਿੰਘ ਸਹਰਾਈ ਦੀ ਰਚਨਾ ਹੈ ਤੇ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਕਵਿ ਦਾ ਨਾਮ ਜ਼ਰੂਰ ਯਾਦ ਕਰਨਾ ਤੇ ਜ਼ਰੂਰ ਹੀ ਲਿਖਣਾ ਤੁਸੀਂ ਕੇਂਦਰੀ ਭਾਵ ਦੇ ਵਿੱਚ ਮਨੁੱਖ ਕਿਰਤ ਦੀਆਂ ਅਥਾਹ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਹੈ ਤੇ ਉਹ ਹੋਰ ਅੱਗੇ ਵਧ ਕੇ ਰਚਨਾ ਦਾ ਨਵਾਂ ਸੰਸਾਰ ਸਿਰਜ ਸਕਦਾ ਹੈ ਜੈਨ ਮਨੁੱਖ ਹੈ ਜਿਹੜਾ ਉਹ ਇੰਨੀ ਮਿਹਨਤ ਕਰਦਾ ਹੈ ਉਹਦੇ ਕੋਲ ਬਹੁਤ ਹੀ ਜ਼ਿਆਦਾ ਸ਼ਕਤੀਆਂ ਇਸ ਲਈ ਉਸ ਨੂੰ ਹੋਰ ਉਤਸ਼ਾਹ ਤੇ ਜ਼ੋਰ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਤੇ ਉਸ ਦਾ ਭਵਿੱਖ ਉਸ ਲਈ ਜਗ ਮੰਗਾ ਰਿਹਾ ਹੈ ਤੇ ਉਸ ਨੂੰ ਅੱਗੇ ਵਧ ਕੇ ਉਸ ਦਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਹੈ ਜਿਸ ਦਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਜਨੀਆਂ ਆਪਦੇ ਫਿਊਚਰ ਦਾ ਆਪਦੇ ਭਵਿੱਖ ਦਾ ਵੀ ਪੂਰੀਆਂ ਆਪਦੀਆਂ ਸ਼ਕਤੀਆਂ ਦੇ ਨਾਲ ਅੱਗੇ-ਅੱਗੇ ਵਧਦੇ ਰਹਿਣਾ ਚਾਹੀਦਾ ਠੀਕ ਹੈ ਦੋਸਤਾ ਕਵਿਤਾ ਦਾ ਦੇਖੋ ਪਹਿਲਾਂ ਇਹਦੇ ਦੋਸਤਾ ਕਵਿਤਾ ਦੇ ਪਹਿਲਾਂ ਸਰਲ ਅਰਥ ਆਪਾਂ ਕਰ ਚੁੱਕੇ ਆ ਉਹਨਾਂ ਨੂੰ ਤੁਸੀਂ ਜ਼ਰੂਰ ਸੁਣਿਓ ਇੱਕ-ਇੱਕ ਵੀਡੀਓ ਦੇ ਰਾਹੀਂ ਸਾਰੀਆਂ ਅਲੱਗ-ਅਲੱਗ ਦੱਸੀਆਂ ਵੀ ਆ ਮੈਂ ਤੇ ਪਰ ਹੁਣ ਇੱਥੇ ਆਪਾਂ ਕੇਂਦਰੀ ਭਾਗ ਹੈ ਜਿਹੜੇ ਉਹ ਇੱਕੋ ਵੀਡੀਓ ਦੇ ਵਿੱਚ ਸਾਰੀਆਂ ਕਵਿਤਾਵਾਂ ਦੇ ਪੜਾਂਗੇ ਤਾਂ ਅੱਗੇ-ਅੱਗੇ ਵਾਰਿਸਾ ਠੀਕ ਹੈ ਵਾਰਿਸ ਸ਼ਾਹ ਕਵਿਤਾ ਜਿਹੜੀ ਉਹ ਅਮ੍ਰਿਤਪ੍ਰੀਤਮ ਦੀ ਰਚਨਾ ਤੇ ਇਸ ਦਾ ਕੇਂਦਰੀ ਭਾਵ ਦੇਖੋ 1947 ਦੇ ਫਿਰਕੂ ਫਸਾਦਾ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਹੁਣ 1947 ਦੇ ਵਿੱਚ ਪਹਿਲਾਂ ਕੀ ਹੋਇਆ ਸੀ ਦੇਖੋ ਸਾਡੇ ਦੇਸ਼ ਦੀ ਵੰਡ ਹੋਈ ਸੀ ਸਾਡਾ ਦੇਸ਼ ਆਜ਼ਾਦ ਹੋਇਆ ਸੀ ਇਸ ਕਰਕੇ ਸਾਰੇ ਪੰਜਾਬ ਦੀ ਧਰਤੀ ਜਾਨੀ ਚੱਪੇ-ਚੱਪੇ ਨੂੰ ਇਸ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੀ ਜਿਸ ਕਰਕੇ ਇਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਸਨ ਤੇ ਪੰਜਾਬੀ ਸੱਭਿਆਚਾਰ ਰੋਲ ਗਿਆ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਪਰ ਜ਼ੁਲਮ ਢਾਉਣ ਲੱਗੇ ਤਾਂ ਉੱਥੇ ਫਿਰ ਅਮਰਤਾ ਪ੍ਰੀਤਮ ਨੇ ਇੱਕ ਕਵਿਤਾ ਬੋਲੀ ਸੀ ਕਿ ਅੱਜ ਆਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਇਹ ਸਾਰੀ ਕਵਿਤਾ ਦੇ ਵੀ ਆਪਾਂ ਸਰਲ ਅਰਥ ਫੜ ਚੁੱਕੇ ਆ ਇਸ ਕਰਕੇ ਉਹਨਾਂ ਨੂੰ ਧਿਆਨ ਨਾਲ ਪੜਿਓ ਤੇ ਇਹ ਉਸ ਦਾ ਨਿਚੋੜ ਹੈ ਜਾਨੀ ਕੇਂਦਰੀ ਭਾਵ ਹੈ ਕਵਿਤਾ ਦਾ ਮੇਰਾ ਬਚਪਨ ਕਵਿਤਾ ਦੇਖੋ ਕਿੰਨਾ ਦੀ ਰਚਨਾ ਹੈ ਤਾਂ ਡਾਕਟਰ ਹਰਪ੍ਰੀਤ ਸਿੰਘ ਜੀ ਦੀ ਰਚਨਾ ਹੈ ਇਹ ਤੇ ਇਹਦਾ ਕੇਂਦਰੀ ਭਾਵ ਦੇਖੋ ਪਿਤਾਹੀਨ ਬੱਚਾ ਹੋਰ ਨਾ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਭੋਗ ਸਕਦਾ ਪਿਤਾਹੀਨ ਜعنی ਜਿਹਦੇ ਸਿਰ ਦੇ ਉੱਤੇ ਪਿਤਾ ਦਾ ਸਾਆਇਆ ਨਹੀਂ ਹੁੰਦਾ ਜ ਜਿਸਦੇ ਪਿਤਾ ਦੀ ਡੈਥ ਹੋ ਚੁੱਕੀ ਹੁੰਦੀ ਹੈ ਉਹ ਬੱਚਾ ਜਿਹੜਾ ਉਹ ਬਾਕੀ ਬੱਚਿਆਂ ਨਾਲ ਜਿਨ੍ਹਾਂ ਦੇ ਬਾਪ ਹੁੰਦੇ ਆ ਤੇ ਉਹਨਾਂ ਦੇ ਵਰਗਾ ਆਪਦਾ ਬਚਪਨ ਨਹੀਂ ਭੋਗ ਸਕਦਾ ਤੇ ਉਸ ਦੀ ਸ਼ਰਮ ਹਜ਼ਾ ਵਿੱਚ ਡੁੱਬੀ ਮਾਂ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਹਿੱਸਾ ਨਹੀਂ پا ਸਕਦੀ ਕਿਉਂਕਿ ਉਹ ਉਹ ਔਰਤਾਂ ਜਿਨ੍ਹਾਂ ਦਾ ਪਤੀ ਨਹੀਂ ਹੁੰਦਾ ਉਹ ਸ਼ਰਮ ਹਜ਼ਾ ਦੇ ਵਿੱਚ ਡੁੱਬੀਆਂ ਰਹਿੰਦੀਆਂ ਹਨ ਤੇ ਉਹਨਾਂ ਦੀ ਮਾਨਸਿਕ ਤੇ ਸਰੀਰਕ ਵਿਕਾਸ ਜਿਹੜਾ ਜਾਨੀ ਬੱਚਿਆਂ ਦਾ ਜਿਹੜਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਉਸ ਦੇ ਵਿੱਚ ਉਸ ਦੀ ਮਾਂ ਹਿੱਸਾ ਨਹੀਂ پا ਸਕਦੀ ਇਹ ਕਵੀ ਹਰ ਭਜਨ ਸਿੰਘ ਦੀ ਸੋਚ ਹੈ ਉਸ ਨੇ ਇਹ ਦੱਸਿਆ ਜਾਨੀ ਬਚਪਨ ਦੇ ਵਿੱਚ ਕੀ ਬੀਤਦਾ ਉਹੋ ਜੇ ਬੱਚੇ ਨਾਲ ਅਜਿਹੇ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸ ਦੀ ਮਾਸੂਮੀਅਤ ਉਸ ਪਾਸੋਂ ਖੁੱਸ ਗਈ ਹੈ ਜਾਨੀ ਉਹਦਾ ਬਚਪਨ ਸੀ ਜਿਹੜਾ ਉਹ ਫਿਕਰਾਂ ਦੇ ਵਿੱਚ ਸੋਚਾਂ ਦੇ ਵਿੱਚ ਹੀ ਲੰਘ ਚੁੱਕਿਆ ਤਾਂ ਅਗਲੀ ਕਵਿਤਾ ਦੇਖੋ ਗੀਤ ਗੀਤ ਜਿਹੜੀ ਉਹ ਸ਼ਿਵ ਕੁਮਾਰ ਦੀ ਰਚਨਾ ਸ਼ਿਵ ਕੁਮਾਰ ਬਟਾਲਵੀ ਜੀ ਦੀ ਇਹ ਇੱਕ ਵਿਸ਼ਾਦ ਗੀਤ ਹੈ ਤੇ ਇਸ ਦਾ ਕੇਂਦਰੀ ਭਾਵ ਦੇਖੋ ਬਿਰਹੀ ਪ੍ਰੀਤਮ ਪ੍ਰੇਮਿਕਾ ਦੇ ਬਿਰਹੋਂ ਕਾਰਨ ਇੰਨਾ ਦੁਖੀ ਤੇ ਵਿਸ਼ਾਦ ਗ੍ਰਸਤ ਹੁੰਦਾ ਹੈ ਠੀਕ ਹੈ ਬਿਰਹੀ ਪ੍ਰੀਤਮ ਜ ਜਿਹਨੂੰ ਵਿਛੋੜਾ ਹੋ ਚੁੱਕਿਆ ਹੈ ਵਿਛੜ ਚੁੱਕਿਆ ਹੋ ਆਪਦੀ ਪ੍ਰੇਮਿਕਾ ਨਾਲ ਉਹ ਇੰਨਾ ਜ਼ਿਆਦਾ ਦੁਖੀ ਹੈ ਤੇ ਵਿਸ਼ਾਦ ਗ੍ਰਸਤ ਹੈ ਕਿ ਉਹ ਚਾਹੁੰਦਾ ਹੈ ਕਿ ਹੋਣੀ ਉਸ ਨੂੰ ਬਿਰਹਾ ਦੀ ਪੱਠੀ ਵਿੱਚ ਇੰਨਾ ਭੁੰਨੇ ਕਿ ਉਹ ਛੇਤੀ ਮਰ ਜਾਵੇ ਹੋਣੀ ਕੌਣ ਮੌਤ ਠੀਕ ਹੈ ਉਹ ਜ ਜਨੀ ਜਲਦੀ ਮੌਤ ਮੰਗਦਾ ਤੇ ਆਪਾਂ ਕਵਿਤਾ ਪੜ੍ਹੀਏ ਇਹ ਦੇਖੋ ਵੀ ਪੱਠੀ ਵਾਲੀ ਐ ਚੰਬੇ ਦੀ ਐ ਡਾਲੀ ਐ ਨਹੀਂ ਪੀੜਾਂ ਦਾ ਪਰਾਗਾ ਭੁੰਨਦੇ ਠੀਕ ਹੈ ਇਹ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਹੈ ਗੀਤ ਹੈ ਅੱਗੇ ਆ ਗਿਆ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਬੁੱਤਾਂ ਤੇ ਪਾਣੀ ਡੋਲਣ ਤੋਂ ਮਤਲਬ ਵੀ ਜਿਹੜਾ ਅਸੀਂ ਪੱਥਰਾਂ ਦੇ ਉੱਤੇ ਪਾਣੀ ਚੜਾਉਨੇ ਆ ਠੀਕ ਹੈ ਉਹਨਾਂ ਨੂੰ ਕਿਹਾ ਕਵੀ ਨੇ ਸਰਜੀਤ ਪਾਤਰ ਜੀ ਦੀ ਰਚਨਾ ਇਹ ਤੇ ਇਹਦਾ ਕੇਂਦਰੀ ਭਾਵ ਦੇਖੋ ਪਾਣੀ ਦਾ ਰੁੱਖਾਂ ਤੇ ਜੀਵਨ ਨਾਲ ਡੂੰਘਾ ਸਬੰਧ ਹੈ ਠੀਕ ਹੈ ਰੁੱਖਾਂ ਤੇ ਜੀਵਨ ਨਾਲ ਜਾਨੀ ਰੁੱਖਾਂ ਜਿਹੜੇ ਦਰਖਤ ਹੈ ਉਹਨਾਂ ਨੂੰ ਵੀ ਪਾਣੀ ਚਾਹੀਦਾ ਤੇ ਜੀਵਨ ਜਿਵੇਂ ਸਾਡੇ ਵਰਗੇ ਲੋਕ ਜਿਹੜੇ ਜਿਉਂਦੇ ਆ ਜਾਂ ਕੋਈ ਵੀ ਜੀਵ ਜੰਤੂ ਆ ਉਹਨਾਂ ਨੂੰ ਪਾਣੀ ਚਾਹੀਦਾ ਇਸ ਕਰਕੇ ਪਾਣੀ ਦਾ ਰੁੱਖਾਂ ਤੇ ਜੀਵਨ ਦੇ ਨਾਲ ਡੂੰਗਾ ਸਬੰਧ ਹੈ ਤੇ ਇਸ ਨੂੰ ਐਵੇਂ ਨਹੀਂ ਗਵਾਉਣਾ ਚਾਹੀਦਾ ਜਣੀ ਫालतू ਡੋਲਣਾ ਨਹੀਂ ਚਾਹੀਦਾ ਪਾਣੀ ਦਾ ਸੰਕਟ ਜੀਵਨ ਲਈ ਘਾਤਕ ਹੋਵੇਗਾ ਪਾਣੀ ਦਾ ਸੰਕਟ ਤੋਂ ਭਾਵ ਵੀ ਜੇ ਸਾਨੂੰ ਪਾਣੀ ਨਾ ਮਿਲਿਆ ਜਾਂ ਪਾਣੀ ਖਤਮ ਹੋ ਗਿਆ ਤਾਂ ਉਸ ਦੇ ਨਾਲ ਜੀਵਨ ਖਤਮ ਹੋ ਜਾਵੇਗਾ ਇਸ ਕਰਕੇ ਪਾਣੀ ਨੂੰ ਬਚਾਓ ਤੇ ਆਵੇਂ ਬੁੱਤਾਂ ਦੇ ਨਾਂ ਡੋਲੀ ਜਾਓ ਇਸ ਵਾਰੇ ਕਵੀ ਨੇ ਸਾਨੂੰ ਗਿਆਨ ਦਿੱਤਾ ਹੈ ਇਹ ਦੱਸਿਆ ਆਪਣੀ ਕਵਿਤਾ ਦੇ ਰਾਹੀਂ ਤਾਂ ਇਹ ਸਨ ਸਾਰੀਆਂ ਕਵਿਤਾਵਾਂ ਜੋ ਕਿ ਸੈਕੰਡ ਟਰਮ ਦੇ ਵਿੱਚ ਆਉਣੀ ਹੈ ਉਹਨਾਂ ਦੇ ਕੇਂਦਰੀ ਭਾਵ ਤੇ ਇਹਨਾਂ ਦੇ ਵਿੱਚੋਂ ਹੀ ਇੱਕ ਇੱਕ ਨੰਬਰ ਦੇ ਕੁਐਸਚਨ ਵੀ ਆਉਣਗੇ ਇਸ ਕਰਕੇ ਤੁਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚੋਂ ਹੀ ਯਾਦ ਰੱਖਣਾ ਕਿਉਂਕਿ ਜੇ ਤੁਸੀਂ ਸਾਰੇ ਕੇਂਦਰੀ ਭਾਵ ਚੰਗੀ ਤਰ੍ਹਾਂ ਯਾਦ ਰੱਖੋਗੇ ਤਾਂ ਤੁਹਾਡੇ ਕੁਐਸਚਨ ਜਿਹੜੇ ਉਹ ਆਪਣੇ ਆਪ ਹੀ ਯਾਦ ਹੋ ਜਾਣਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਕਿਸੇ ਹੋਰ ਤੱਕ ਵੀ ਪਹੁੰਚ